ਨਮਸਕਾਰ ਖਬਰਾਂ ਦੇ ਇਸ ਬਲੇਟਨ ਤੁਹਾਡਾ ਸਵਾਗਤ ਹੈ ਮੈਂ ਹਰਮਿੰਦਰ ਸਿੰਘ ਪਹਿਲਾ ਇੱਕ ਨਜ਼ਰ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਸੰਵਿਧਾਨ ਤੋਂ ਸਿੱਧੇ ਲੈਂਦੇ ਆਸਥਾ ਲਿੰਗ ਜਾਤ ਰੰਗ ਜਾਂ ਭਾਸ਼ਾ ਦੇ ਆਧਾਰ ਤੇ ਭੇਦਭਾਵ ਨਹੀਂ ਕਰਦੀ ਅਤੇ 130 ਕਰੋੜ ਭਾਰਤੀਆਂ ਦੇ ਸ਼ਕਤੀਕਰਨ ਦੀ ਇੱਛਾ ਤੋਂ ਭੇਰਤੇ ਜੋਸਫ ਮਾਰਥੋਮਾ ਦੇ 90ਵੇਂ ਜਨਮ ਦਿਨ ਮੌਕੇ ਵੀਡੀਓ ਕਾਨਫਰੰਸ ਮੀਰਾਇੰਗ ਹੋਇ ਸਮਾਗਮ ਦੌਰਾਨ ਬੋਲਦੇ ਹਨ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ 'ਚ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ ਰੇਡੀਓ ਤੇ ਆਪਣੇ ਬਹੁਤ ਚਰਚਿਤ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਸਵੇਰੇ 11:00 ਵਜੇ 11:00 ਵਜੇ ਪ੍ਰਸਾਰਿਤ ਹੋਣ ਵਾਲਾ ਇਹ ਪ੍ਰੋਗਰਾਮ ਰੇਡੀਓ ਤੋਂ ਇਲਾਵਾ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਵੇਖਿਆ ਜਾ ਸਕੇਗਾ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਜੀ ਪੰਜਾਬੀ ਤੇ ਸਿੱਧੇ ਪ੍ਰਸਾਰਣ ਤੋਂ ਤੁਰੰਤ ਬਾਅਦ ਅੱਜ ਰਾਤ 8:00 ਵਜੇ ਵੇਖਿਆ ਜਾ ਸਕਦਾ ਹੈ ਕੋਵਿਡ-19 ਬਾਰੇ ਮੰਤਰੀ ਸਮੂਹੀ ਮੀਟਿੰਗ ਦੌਰਾਨ 11 ਤਿਆਗਤੀ ਗਰੁੱਪਾਂ ਨੂੰ ਸੌਂਪੇ ਗਏ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਭਾਰਤ ਵਿੱਚ ਕਰੋਨਾ ਵਾਇਰਸ ਦੀ ਪੋਜ਼ਿਟਿਵ ਵਾਲੇ ਮਰੀਜ਼ਾਂ ਦੀ ਗਿਣਤੀ 5,893 ਹੋਈ। ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਦੀ ਦਰ 58.13% ਹੋਈ। ਭਾਰਤੀਆਂ ਦਾ ਪਾਰਟੀ ਵੱਲੋਂ ਪੰਜਾਬ ਦੀ ਵਰਚੁਅਲ ਰੈਲੀ ਦੌਰਾਨ ਸੂਬਾ ਸਰਕਾਰ ਤੇ ਖੇਤੀ ਸੈਕਟਰ ਨਾਲ ਸੰਬੰਧਤ ਆਰਡੀਨੈਂਸਾਂ ਦੇ ਮੁੱਦੇ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇੰਜ਼ਾਮ ਲਗਾਇਆ। ਪਾਕਿਸਤਾਨ ਵਿੱਚ ਫਸੇ ਭਾਰਤੀਆਂ ਦਾ ਅਟਾਰੀ ਵਾਗਾ ਸਰਹੱਦ ਰਾਹੀਂ ਵਤਨ ਪਰਤਨ ਦਾ ਸਿਲਸਿਲਾ ਜਾਰੀ, ਅੱਜ ਤੀਜੇ ਦਿਨ 208 ਭਾਰਤੀ ਵਤਨ ਪਰਤੇ। ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ 29 ਜੂਨ ਤੋਂ ਕਰਤਾਰਪੁਰ ਲੰਘਾ ਖੁੱਲ੍ਹਣ ਲਈ ਤਿਆਰ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿੱਚ ਸਰਕਾਰਾਂ ਦੇਸ਼ ਦੇ ਸੰਵਿਧਾਨ ਤੋਂ ਦਿਸ਼ਾ ਲੈਂਦੀਆਂ ਹਨ ਤੇ ਉਹਨਾਂ ਦੀ ਸਰਕਾਰ ਆਸਥਾ ਲਿੰਗ ਜਾਤ ਰੰਗ ਜਾਂ ਭਾਸ਼ਾ ਦੇ ਆਧਾਰ ਤੇ ਭੇਦਭਾਵ ਨਹੀਂ ਕਰਦੀ ਤੇ 130 ਕਰੋੜ ਭਾਰਤੀਆਂ ਦੇ ਸ਼ਕਤੀਕਰਨ ਦੀ ਇੱਛਾ ਤੋਂ ਪ੍ਰੇਰਿਤ ਅੱਜ ਡਾਕਟਰ ਜੋਸਫ ਮਾਰਥੋਮਾ ਦੇ 90ਵੇਂ ਜਨਮ ਦਿਨ ਮੌਕੇ ਵੀਡੀਓ ਕਾਨਫਰencing ਰਹੀਂ ਕੇਰਲ ਦੇ ਪਤਨਮ ਥੇਟਾ ਵਿੱਚ ਹੋਏ ਸਮਾਗਮ ਵਿੱਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਦਿੱਲੀ ਵਿੱਚ ਦਫ਼ਤਰ ਵਿੱਚ ਬੈਠ ਕੇ ਫੈਸਲੇ ਨਹੀਂ ਲਏ ਸਗੋਂ ਸਾਰੇ ਫੈਸਲੇ ਜ਼ਮੀਨ ਤੇ ਲੋਕਾਂ ਦੀ ਰਾਏ ਤੋਂ ਬਾਅਦ ਹੀ ਲਏ ਗਏ ਨਰਿੰਦਰ ਮੋਦੀ ਨੇ ਕਿਹਾ ਕਿ ਐਸੇ ਹੀ ਭਾਵਨਾ ਕਰਕੇ ਹਰੇਕ ਭਾਰਤੀ ਦਾ ਬੈਂਕ ਖਾਤਾ ਹੋਵੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ कोरोना महामारी विरोध जंग ਦਾ ਜ਼ਿਕਰ ਕਰਦੇ ਮੋਦੀ ਨੇ ਕਿਹਾ ਕਿ ਦੇਸ਼ ਵਿਆਪੀ ਲਾਕਡਾਊਨ ਕਾਰਨ ਲੋਕਾਂ ਦੀ ਮਦਦ ਨਾਲ করোনা ਜੰਗ ਲੜਦਿਆਂ ਕਈ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਜਿਸ ਕਰਕੇ ਇਸ ਵੇਲੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਤੇ ਬਿਹਤਰ ਸਥਿਤੀ ਵਿੱਚ ਹੈ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ করোনা ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਾਤਾਰ ਵੱਧ ਰਹੀ ਹੈ করোনা ਵਿਰੁੱਧ ਲੋਕਾਂ ਦੇ ਜੰਗ ਦੇ ਹੁਣ ਤੱਕ ਚੰਗੇ ਨਤੀਜੇ ਆਏ ਨੇ ਪਰ ਨਾਲ ਹੀ ਉਹਨਾਂ ਦੇਸ਼ ਵਾਸੀ ਨੂੰ ਚੌਕਸ ਕੀਤਾ ਹੈ ਕਿ ਡਿਟੇਲ ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ ਉਹਨਾਂ ਕਿਹਾ ਕਿ ਦਰਅਸਲ ਸਾਨੂੰ ਇਸ ਵੇਲੇ ਹੋਰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ मास्क पाना समाजिक दूरी की पालना करना भीड़ भड़के वाली थावान तो तो गुरेज करना बहुत जरूरी है फ्रॉम द सी टू स्पेस फ्रॉम द farms टू द factories, पीपल फ्रेंडली एंड ग्रोथ फ्रेंडली decisions हैव been टेकन द कॉल फॉर आत्मनिर्भर भारत सेल्फ reliant इंडिया will ensure economic strength and prosperity for every Indian. ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ਦਾ ਮਾਰਥੋਮਾ ਚਰਚ ਸੇਂਟ ਥੋਮਸ ਦੇ ਅਦਰਸ਼ਨ ਨਾਲ ਜੁੜਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਲੀਮੀ ਦੇ ਪ੍ਰਚਾਰ ਲਈ ਮਾਰਥੋਮਾ ਚਰਚ ਨੇ ਬਹੁਤ ਕੰਮ ਕੀਤਾ ਹੈ ਜਿਸ ਨਾਲ ਭਾਰਤੀਆਂ ਦੇ ਜੀਵਨ ਵਿੱਚ ਹਾਂ ਪੱਖੀ ਬਦਲਾਅ ਆਇਆ ਉਹਨਾਂ ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰ ਵਿੱਚ ਮਾਰਥੋਮਾ ਚਰਚ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੜਕੇ ਰੇਡੀਓ ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨੇ ਆਸਪਰਟਾਈ ਹੈ ਕਿ ਪੜਕੇ ਪ੍ਰਸਾਰਤ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੋਰੋਨਾ ਦੇ ਖਿਲਾਫ ਜੰਗ ਅਤੇ ਉਸ ਦੇ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਕਰ ਲਈ ਉਹਨਾਂ ਕੋਲ ਬਹੁਤ ਕੁਝ ਹੋਵੇਗਾ ਇਸ ਮਹੀਨਾਵਾਰ ਪ੍ਰੋਗਰਾਮ ਦੀ 66ਵੀਂ ਕੜੀ ਹੋਵੇਗੀ ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਦੇ ਨਾਲ-ਨਾਲ ਦੂਰਦਰਸ਼ਨ ਤੇ ਸਾਰੇ ਚੈਨਲਾਂ ਤੇ ਵੀ ਸਵੇਰੇ 11 ਵਜੇ ਪ੍ਰਸਾਰਤ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਜਿੱਥੇ ਆਪਣੀ ਸਰਕਾਰ ਦੇ ਪ੍ਰੋਗਰਾਮਾਂ ਲੋਕਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੇ ਦੇਸ਼ ਨੂੰ ਦਰਪ ਉਥੇ ਲੋਕਾਂ ਦੇ ਸੁਝਾਵਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਕਈ ਲੋਕਾਂ ਨਾਲ ਉਹ ਸਿੱਧੀ ਗੱਲਬਾਤ ਵੀ ਕਰਦੇ ਨੇ ਜਿਸ ਤੇ ਚੱਲਦੀਆਂ ਮਨ ਕੀ ਬਾਤ ਪ੍ਰੋਗਰਾਮ ਵਧੇਰੇ ਹਾਰਮਨ ਪਿਆਰਾ ਹੋਇਆ ਹੈ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰ ਡੀਡੀ ਪੰਜਾਬੀ ਤੇ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਤੋਂ ਤੁਰੰਤ ਬਾਅਦ ਅਤੇ ਇਸ ਦਾ ਮੁੜ ਪ੍ਰਸਾਰਣ ਰਾਤ 8 ਵਜੇ ਵੇਖਿਆ ਜਾ ਸਕੇਗਾ ਕੋਵਿਡ-19 ਬਾਰੇ ਮੰਤਰੀ ਸਮੂਹੀ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੀਤੀ ਮੀਟਿੰਗ ਦੌਰਾਨ ਮંત્રી ਸਮੂਹ ਨੂੰ ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸਤੇ ਕਾਬੂ ਪਾਉਣ ਲਈ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਮੰਤਰੀ ਸਮੂਹ ਨੂੰ 11 ਤਾਕਤੀ ਗਰੁੱਪਾਂ ਨੂੰ ਦਿੱਤੇ ਗਏ ਕੰਮਾਂ ਦੀ ਪ੍ਰਗਤੀ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਦੇਸ਼ ਵਿੱਚ ਕਰੋਨਾ ਵਾਇਰਸ ਦੇ ਟਾਕਰੇ ਲਈ ਵਾਧਰੇ ਮੈਡੀਕਲ ਮੂਲ ਢਾਂਚੇ ਦੀ ਜਾਣਕਾਰੀ ਵੀ ਮੰਤਰੀ ਸਮੂਹ ਨੂੰ ਦਿੱਤੀ ਗਈ। ਮੰਤਰੀ ਸਮੂਹ ਨੇ ਕੋਵਿਡ-19 ਦੇ ਕਾਬੂ ਪਾਉਣ ਲਈ ਰਣਨੀਤੀਆਂ ਅਤੇ ਇਸ ਸੰਬੰਧੀ ਪਹਿਲੂਆਂ ਤੇ ਗਹਿਰਾਈ ਨਾਲ ਚਰਚਾ ਕੀਤੀ। ਵਿਦੇਸ਼ ਮੰਤਰੀ, ਸ਼ਹਿਰੀ ਆਵਾਬਾਰੀ ਮੰਤਰੀ, ਗ੍ਰਹਿ ਰਾਜ ਮੰਤਰੀ ਜਹਾਜ਼ਰਾਨੀ ਰਸਾਇਣ ਅਤੇ ਖਾਦਾਂ ਬਾਰੇ ਰਾਜ ਮੰਤਰੀ ਅਤੇ ਸਿਹਤ ਰਾਜ ਮੰਤਰੀ ਵੀ ਕੋਵਿਡ-19 ਬਾਰੇ ਮੰਤਰੀ ਸਮੂਹ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਚੀਫ ਆਫ ਦਾ ਡਿਫੈਂਸ ਸਟਾਫ ਵੀ ਇਸ ਸਮੂਹ ਦਾ ਹਿੱਸਾ ਨੇ ਕੋਵਿਡ-19 ਦੇ ਮਰੀਜ਼ਾਂ ਦੀ ਸਿਹਤਜਾਬ ਹੋਣ ਦੀ ਦਰ ਵਧ ਕੇ 58.13% ਹੋ ਗਈ ਹੈ ਸਿਹਤ ਮਹਿਕਮੇ ਮੁਤਾਬਕ ਬੀਤੇ 24 ਘੰਟਿਆਂ ਵਿੱਚ 10244 ਮਰੀਜ਼ ਸਿਹਤਜਾਬ ਹੋਏ ਨੇ ਦੇਸ਼ ਭਰ ਵਿੱਚ ਕੋਵਿਡ-19 ਦੀ ਪੋਜ਼ਿਟਿਵ ਵਾਲੇ ਕੇਸਾਂ ਦੀ ਗਿਣਤੀ ਵਧ ਕੇ 58953 ਹੋ ਗਈ ਹੈ ਜਾਣਕਾਰੀ ਮੁਤਾਬਕ ਹੁਣ ਤੱਕ 295881 ਮਰੀਜ਼ ਸਿਹਤਜਾਬ ਹੋ ਚੁੱਕੇ ਨੇ ਤੇ 15685 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਹਿਕਮੇ ਅਨੁਸਾਰ 197387 ਮਰੀਜ਼ ਇਲਾਜ ਅਧੀਨ ਨੇ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 152765 ਕੋਵਿਡ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 79815 ਸਿਹਤਜਾਬ ਹੋ ਚੁੱਕੇ ਨੇ। ਸੂਬੇ ਵਿੱਚ 7106 ਮਰੀਜ਼ ਕਰੋਨਾ ਮਹਾਮਾਰੀ ਕਾਰਨ ਜਾਨਾਂ ਗਵਾ ਚੁੱਕੇ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਕੇ 7240 ਹੋ ਗਿਆ ਹੈ ਜਿਨ੍ਹਾਂ ਵਿੱਚੋਂ 47091 ਮਰੀਜ਼ ਤੰਦਰੁਸਤ ਹੋ ਕੇ ਘਰੀ ਪਰ ਚੁੱਕੇ ਨੇ ਦਿੱਲੀ ਵਿੱਚ ਕਰੋਨਾ ਮਹਾਮਾਰੀ ਦੇ 27657 ਐਕਟਿਵ ਕੇਸ ਨੇ ਤਾਮਿਲਨਾਡੂ ਵਿੱਚ ਵੀ ਕੋਰੋਨਾ ਵਾਇਰਸ ਦੀ ਪੋਸਟ ਵਾਲੇ ਕੇਸਾਂ ਦਾ ਅੰਕੜਾ 64622 ਤੱਕ ਪਹੁੰਚ ਗਿਆ ਹੈ ਸੂਬੇ ਵਿੱਚ 957 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤਾਮਿਲਨਾਡੂ ਵਿੱਚ 41357 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਗੁਜਰਾਤ ਵਿੱਚ ਕੋਲ ਕੇਸਾਂ ਦੀ ਗਿਣਤੀ 30095 ਹੋ ਗਈ ਹੈ ਜਰਕਿ 1771 ਮਰੀਜ਼ ਜਾਨ ਗਵਾ ਚੁੱਕੇ ਨੇ ਮੌਜੂਦਾ ਸਮੇਂ ਗੁਜਰਾਤ ਵਿੱਚ 6299 ਐਕਟਿਵ ਕੇਸ ਨੇ ਅਤੇ 22030 ਮਰੀਜ਼ ਤੰਦਰੁਸਤ ਹੋ ਕੇ ਘਰੀ ਪਰ ਚੁੱਕੇ ਨੇ ਇਧਰ ਪੰਜਾਬ ਵਿੱਚ ਕੋਵਿਡ-19 ਦੀ ਪੋਜ਼ਿਟਿਵ ਵਾਲੇ ਕੇਸ 4957 ਹੋ ਗਏ ਨੇ ਜਿਨ੍ਹਾਂ ਵਿੱਚੋਂ 3201 ਮਰੀਜ਼ ਠੀਕ ਹੋ ਚੁੱਕੇ ਨੇ ਸੂਬੇ ਵਿੱਚ 1634 ਐਕਟਿਵ ਕੇਸ ਨੇ ਅਤੇ 122 ਮਰੀਜ਼ ਮਹਾਂਮਾਰੀ ਕਾਰਨ ਜਾਨ ਗਵਾ ਚੁੱਕੇ ਨੇ ਕੇਂਦਰੀ ਖੇਤੀਬੜੀ ਦੇ ਕਿਸਾਨ ਪਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਾਂਗਰਸੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਖੇਤੀ ਸੈਕਟਰ ਵਿੱਚ ਨਾਲ ਸੰਬੰਧਿਤ ਆਰਡੀਨੈਂਸਾਂ ਦੇ ਮੁੱਦੇ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ ਅੱਜ ਪੰਜਾਬ ਭਾਜਪਾ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਸਿੰਘ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਘਟੋ-ਘਟ ਸਮਰਥਨ ਮੋਲ ਨਿਯਾਮ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਸੈਕਟਰ ਸਬੰਧੀ ਤਿੰਨ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਕੈਪਟਨ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਕਾਸ ਵਿੱਚ ਪਛੜ ਗਿਆ ਹੈ ਅਤੇ ਉਹ ਦਿਵਾਲੀਆ ਪਣਤੇ ਵਾਲੇ ਪਾਸੇ ਜਾ ਰਿਹਾ ਹੈ। निरेंद्र सिंह तोमर ने इल्जाम लगाया है कि सत्ताधारी कांग्रेस पार्टी चुनाव समय किए गए किसानों के कर्जे माफ करने नशे खत्म करने और रोजगार देने के वादों तो पूरी तरह मुकर हुई है तो किसानों का कर्जा माफ हुआ ना बेरोजगारी दूर हुई और ना पंजाब नशे से मुक्त हुआ और मैं यह कहूं तो किसी को असुयक्ति नहीं होनी चाहिए कि इस कांग्रेस की सरकार के कार्यकाल में पंजाब कंगाली की ओर जा रहा है पंजाब बदहाली की ओर जा रहा है पंजाब में भ्रष्टाचार चरम पर बढ़ रहा है और पंजाब देश का जो सिरमौर राज्य हुआ करता था वह विकास की दौड़ में आज देश में पिछड़ रहा है ਇਸ ਵਰਚੁਅਲ ਰੈਲੀ ਵਿੱਚ ਸ਼ਹਿਰੀ ਹਵਾਲੇ ਮੰਤਰੀ ਹਰਦੀਪ ਸਿੰਘ ਪੂਰੀ ਵਣਜ ਅਤੇ ਸੰਤਾਂ ਬਾਰੇ ਮੰਤਰੀ ਸੋਮ ਪ੍ਰਕਾਸ਼ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਭਾਜਪਾ ਦੇ ਕੌਮੀ ਸਕੱਤਰ ਤਰਨ ਚੋਗ ਅਤੇ ਸੀਨੀਅਰ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਵੀ ਸ਼ਾਮਲ ਹੋਏ ਦਿੱਲੀ ਦੇ ਗੁਆਂਡ ਵਿੱਚ ਗੁਰੂਗਰਾਮ ਵਿੱਚ ਟਿੱਡੀਦਲ ਦੇ ਹਮਲੇ ਤੋਂ ਬਾਅਦ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਇੱਕ ਹੰਗਾਮੀ ਮੀਟਿੰਗ ਸੱਦੀ ਜਿਸ ਦੌਰਾਨ ਦਿੱਲੀ ਵਿੱਚ ਇਸ ਦੇ ਸੰਭਾਵਿਤ ਖਤਰੇ ਤੋਂ ਵਿਚਾਰ ਕੀਤਾ ਗਿਆ ਵਾਤਾਵਰਣ ਮੰਤਰੀ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਗੁਰੂਗਰਾਮ ਨਾਲ ਲੱਗਦੇ ਦਿੱਲੀ ਦੇ ਇਲਾਕਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਨੇ ਮੀਟਿੰਗ ਵਿੱਚ ਦਿੱਲੀ ਦੇ ਵਿਕਾਸ ਸਖਤਰ ਡਿਵੀਜ਼ਨਲ ਕਮਿਸ਼ਨਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਦੱਖਣ ਅਤੇ ਪੱਛਮੀ ਦਿੱਲੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੇ ਵੀ ਹਿੱਸਾ ਲਿਆ ਦਸਿਆ ਜਾ ਰਿਹਾ ਹੈ ਕਿ ਅਰਸ਼ਵਰੇ ਗੁਰੂਗ੍ਰਾਮ ਦੇ ਕਈ ਹਿੱਸਿਆਂ ਵਿੱਚ ਟਿੱਡੀ ਦਲ ਦੇ ਝੁੰਡ ਆਕਾਰਨ ਅਸਮਾਨ ਕਾਲਾ ਨਜ਼ਰ ਆ ਰਿਹਾ ਸੀ ਟਿੱਡੀ ਦਲ ਦਾ ਝੁੰਡ 2 ਕਿਲੋਮੀਟਰ ਤੱਕ ਫੈਲਿਆ ਹੋਇਆ ਸੀ ਜੋ ਪੱਛਮ ਤੋਂ ਪੂਰਬ ਵੱਲ ਚ러 ਆ ਗਿਆ ਖੇਤੀ ਮੰਤਰਾਲੇ ਅਨੁਸਾਰ ਇਹ ਟਿੱਡੀ ਦਲ ਅੱਜ ਕੋਈ 11:30 ਵਜੇ ਗੁਰੂਗ੍ਰਾਮ ਵਿੱਚ ਦਾਖਲ ਹੋਇਆ ਗੁਰੂਗ੍ਰਾਮ ਦੇ ਵਸਨੀਕਾਂ ਨੇ ਦਰਖਤਾਂ ਘਰਾਂ ਦੀਆਂ ਛੱਤਾਂ ਪੇੜ ਪੌਦਿਆਂ ਆਦ ਉੱਤੇ ਟਿੱਡੀ ਦਲ ਦੇ ਬੈਠਣ ਅਤੇ ਮੰਡਰਾਉਣ ਦੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਇਸੇ ਦੌਰਾਨ ਹਰਿਆਣਾ ਸਰਕਾਰ ਵੱਲੋਂ ਰਿਵਾੜੀ ਅਤੇ ਗੁਰਦਾਉਂ ਜ਼ਿਲ੍ਹਿਆਂ ਵਿੱਚ ਟਿੱਦਲ ਦੀ ਆਮਦ ਮਗਰੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਤੋਂ ਆਈ ਟਿੱਡੀ ਦਲ ਨੇ ਮਹਿੰਦਰਗੜ੍ਹ ਜ਼ਿਲ੍ਹੇ ਤੋਂ ਹੁੰਦੇ ਹੋਏ ਹਰਿਆਣਾ ਦੇ ਕਈ ਪਿੰਡਾਂ ਵਿੱਚ ਹਮਲਾ ਬੋਲ ਦਿੱਤਾ। ਕੀ ਆ ਰਹਿੰਦਾ ਹੈ ਕਿ ਇੱਕ ਟਿੱਡੀ ਆਪਣੇ ਭਾਰ ਨਾਲੋਂ ਵੱਧ ਖਾ ਸਕਦੀ ਹੈ। ਇੱਕ ਵਰਗ ਕਿਲੋਮੀਟਰ ਵਿੱਚ ਫੈਲੇ ਟਿੱਡੀ ਦਲ ਵਿੱਚ ਸ਼ਾਮਲ ਲੱਖਾਂ ਟਿੱਡੀਆਂ ਇੱਕ ਦਿਨ ਵਿੱਚ 35000 ਲੋਕਾਂ ਦੇ ਖਾਣੇ ਤੋਂ ਬਰਾਬਰ ਦਾ ਖਾਾਕ ਦਾ ਖਾ ਸਕਦੀਆਂ ਨੇ। ਵਾਤਾਵਰਣ ਮਾਹਿਰ ਟਿੱਡੀ ਦਲ ਦੇ ਵਧਦੇ ਹੋਏ ਸੰਕਟ ਨੂੰ ਪੌਣ ਪਾਣੀ ਤਬਦੀਲੀ ਕਰਕੇ ਆਈ ਮੁਸੀਬਤ ਦੱਸ ਰਹੇ ਨੇ। ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਵਤਨਵਾਪਸੀ ਦਾ سلسلہ ਅੱਜ ਤੀਜੇ ਦਿਨ ਵੀ ਜਾਰੀ ਹੈ ਪਿਛਲੇ ਦੋ ਦਿਨਾਂ ਦੌਰਾਨ ਕੋਈ 419 ਭਾਰਤੀ ਨਾਗਰਿਕ ਵਾਗਾਂ ਸਰਾਧ ਰਹੇ ਵਤਨ ਪਰਤੇ ਜਦ ਕਿ ਅੱਜ ਕੋਈ 208 ਭਾਰਤੀ ਨਾਗਰਿਕ ਭਾਰਤ ਪਰਤੇ ਐਸ.ਡੀ.ਐਮ 2 ਅਮਰitsar ਸ਼ਿਵਰਾਜ ਸਿੰਘ ਬਲ ਨੇ ਦੱਸਿਆ ਕਿ ਵਕਫਾ ਸੂਬਿਆਂ ਦੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੇ ਸੂਬਿਆਂ ਵੱਲ ਭੇਜੀ ਗਈਆਂ ਵਿਸ਼ੇਸ਼ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ ਜਦਕਿ ਜਿਨ੍ਹਾਂ ਸੂਬਿਆਂ ਦੇ ਸਿਰਫ ਇੱਕ ਜਾਂ ਦੋ ਵਿਅਕਤੀ ਪਾਕਿਸਤਾਨ ਤੋਂ ਪਰਤੇ ਨੇ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਹੀ ਕਵਾਰੰਟਾਈਨ ਕੀਤਾ ਗਿਆ ਹੈ ਅੱਜ 3rd ਫੇਜ਼ ਮੈਂ ਜੋ ਹੈ ہمارے ਪਾਸ ਪਹਿਲੇ 25 ਤਾਰੀਖ ਨੂੰ 204 ਲੋਕ ਆਏ ਹਨ ਔਰ 26 ਨੂੰ 215 ਇਸ حساب ਸੇ ਅੱਜ ਜੋ 3rd ਡੇ ਹੈ ਵੈਸੇ ਲਿਸਟ ਕੇ ਹਿਸਾਬ ਸੇ 248 ਕੀ ਫਿਗਰ ਹੈ ਬਟ ਸਿንስ ਕੁਛ ਲੋਕ ਪਿਛਲੇ 2 ਦਿਨ ਮੈਂ ਕ੍ਰਾਸ ਨਹੀਂ ਕਰ ਪਾਏ ਤੋ एक्सपेक्टेड uh, है कि ये फिगर बढ़ भी सकती है लेट्स uh, सी कि जो भी इमिग्रेशन और uh, उनमें मीटिंग होती है उसके बाद ये फिगर ज्यादा क्लियर हो जाएगी uh, पुलिस अधिकारी अरुण पाल सैनी ने बताया कि पाकिस्तान तो भारतीय नागरिक अंदर आना जारी है जो आज नहीं आ सके उन वास्ते अगली तारीख निर्धारित की जावेगी देखो आज लास्ट डेट है 27 ਅੱਜ ਦੀ ਡੇਟ ਵਿੱਚ ਜਿਹੜੇ ਪੈਂਡਿੰਗ ਸਾਡੇ ਉਧਰ ਪਾਕਿਸਤਾਨ ਵਿੱਚ ਫਸੇ 315 ਦੇ ਕਰੀਬ ਆਪਣੇ ਇੰਡੀਅਨ ਨੈਸ਼ਨਲ ਸੀਗੇ ਜਿਹਦੇ ਵਿੱਚੋਂ ਅਪ੍ਰੋਕਸੀਮੇਟ 75 ਦੇ ਕਰੀਬ ਸਾਡੇ ਕੋਲ ਕਲੀਅਰ ਹੋ ਚੁੱਕੇ ਆ ਤੇ ਲਗਭਗ 75 ਦੇ ਕਰੀਬ ਅਜੇ ਜਿਹੜਾ ਪ੍ਰोसीडिंग ਅੰਦਰ ਚੱਲ ਰਹੀ ਹੈ ਦੇਖੋ ਜਦੋਂ ਤੱਕ ਅੰਬੈਸੀ ਪਿੱਛੋਂ ਕਲੀਅਰੈਂਸ ਹੋ ਰਹੀ ਹੈ ਜੋ ਤੱਕ ਆਈ ਜਾਣਗੇ ਜਿਨੇ ਆਈ ਜਾਣਗੇ ਉਹਨਾਂ ਕਲੀਅਰ ਹੋਏਗਾ ਇਹਦੇ ਬਾਰੇ ਤਾਂ ਤੁਹਾਨੂੰ 5 ਦੇ ਤੋਂ ਬਾਅਦ ਪਤਾ ਲੱਗ ਸਕਦਾ ਵਾ ਐਕੂਰੇਟ ਫਿਗਰ ਦਾ ਵੀ ਕਿੰਨੇ ਜ਼ੀਰੋ ਲਾਈਨ ਕ੍ਰਾਸ ਕਰਕੇ ਇੰਡੀਆ ਸਾਈਡ ਆ ਗਏ ਤੇ ਕਿੰਨੇ ਉਧਰ ਪੈਂਡਿੰਗ ਰਹੇ ਇਹ ਜਿਹੜੇ ਆਏ ਪਾਕਿਸਤਾਨ ਤੋਂ ਆਉਣ ਵਾਲੇ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀਆਂ ਨੂੰ ਪਾਕਿਸਤਾਨ ਤੋਂ ਲਿਆਉਣ ਲਈ ਕੀਤੇ ਗਏ ਯਤਨਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਮੌਕੇ 29 ਜੂਨ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਕੇ ਕਿਹਾ ਕਿ ਦੁਨੀਆ ਭਰ ਵਿੱਚ ਧਾਰਮਿਕ ਥਾਮਾਂ ਖੁੱਲ ਗਈਆਂ ਨੇ ਅਤੇ ਪਾਕਿਸਤਾਨ ਵੀ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ ਕਰਤਾਰਪੁਰ ਲਾਂਘਾ ਕੋਰੋਨਾ ਵਾਇਰਸ ਕਾਰਨ 16 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ ਉਰ ਤੋਂ ਹੁਣ ਤੱਕ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਹੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਅਤੇ ਭਾਰਤ ਇਸ ਵੇਲੇ ਕੋਰੋਨਾ ਵਾਇਰਸ ਸਭ ਤੋਂ ਵੱਧ ਮਾਮਲੇਵਰੇ ਜਰ ਕੇ ਪਾਕਿਸਤਾਨ ਵਿੱਚ ਵੀ ਕੋਈ 2 ਲੱਖ ਕਰੋਨਾ ਵਾਇਰਸ ਦੀ ਪੋਜ਼ਿਟਿਵ ਵਾਲੇ ਮਾਮਲੇ ਪਾਏ ਗਏ ਨੇ ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘਾ ਵੀਜ਼ਾ ਮੁਕਤ ਅਤੇ ਸੁਰੱਖਿਅਤ ਲਾਂਘਾ ਹੈ ਜੋ ਭਾਰਤ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਵਿਖੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਨਾਲ ਜੋੜਦਾ ਹੈ ਕਰਤਾਰਪੁਰ ਉਹ ਪਾਵਨ ਧਰਤੀ ਹੈ ਜਿੱਥੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਲੰਗਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਕੋਈ 18 ਸਾਲ ਬਿਤਾਏ ਅਤੇ ਇੱਥੇ ਹੀ ਉਹ ਜੋਤੀ ਜੋਤ ਸਮਾਏ ਕੰਢੀ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਨੀਂਹ ਪਹਾੜੀ ਖੇਤਰ ਤੇ ਬੀਤ ਦੇ ਲੋਕਾਂ ਦੀ ਮੀਟਿੰਗ ਅੱਜ ਬਲਾਚੌਰ ਵਿੱਚ ਕਰਵਾਈ ਗਈ। ਜੈਸਵਰ ਪੰਜਾਬ ਤੋਂ ਵੱਧ ਪਿੰਡਾਂ ਦੀ ਪ੍ਰਤੀਨਿਧੀ ਸ਼ਾਮਲ ਹੋਏ ਪ੍ਰੀ ਮੀਟਿੰਗ ਦੀ ਪ੍ਰਧਾਨਗੀ ਸੀਪੀਆਈ ਅਮਦੇਸ਼ ਸੂਬਾ ਕਮੇਟੀ ਮੈਂਬਰ ਕਾਮਰੇਡ ਮਹਾ ਸਿੰਘ ਰੋੜੀ ਨੇ ਕੀਤੀ ਇਸ ਮੌਕੇ ਕੰਢੀ ਅਤੇ ਬੀਤ ਦੇ ਲੋਕਾਂ ਨੇ ਸੰਘਰਸ਼ ਦੀ ਹਮਾਇਤ ਕਰਦੇ ਆ ਪੰਜਾਬ ਸੀਪੀਆਈ ਐਮ ਦੇ ਸੂਬਾ ਸਕੱਤਰਤ ਮੈਂਬਰ ਕਾਮਰੇਡ ਰਗਨਾਥ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਗੈਰ ਕਾਨੂੰਨੀ ਮਾਈਨਿੰਗ ਦੀ ਸਖਤੀ ਨਾਲ ਰੋਕ ਲਗਾਈ ਜਾਵੇ ਰਹਾਇਸ਼ੀ ਇਲਾਕਿਆਂ ਨੇੜੇ ਲਗਾਏ ਕ੍ਰੈਸ਼ਰ ਬੰਦ ਕੀਤੇ ਜਾਣ ਜੰਗਲਾਂ ਦੀ ਕਟਾਈ ਤੇ ਰੋਕ ਲਗਾਈ ਜਾਵੇ ਅਤੇ ਇੱਕ ਦਰਿਆਵਾਂ ਖੱਡਾਂ ਪਹਾੜਾਂ ਤੇ ਨਦੀਆਂ ਦੀ ਨਜਾਇਜ਼ ਖੁਦਾਈ ਬੰਦ ਕੀਤੀ ਜਾਵੇ ਇਸ ਤਰ੍ਹਾਂ ਵਾਹਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਤੋਂ ਇਸ ਖੇਤਰ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਠੋਸ ਅਤੇ ਅਸਰਦਾਰ ਕਦਮ ਚੁੱਕੇ ਜਾਣ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਕੰਢੀ ਅਤੇ ਬੀਦ ਦੇ ਲੋਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਕੰਢੀ ਸੰਘਰਸ਼ ਕਮੇਟੀ ਜ਼ੋਰਦਾਰ ਸੰਘਰਸ਼ ਆਰੰਭ ਕਰੇਗੀ ਤੇ ਇਸ ਦਿਨਾਲੀ ਇਸ ਬ੍ਰੇਡਿੰਗ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਆਗਿਆ ਦਿਓ ਨਮਸਕਾਰ